ਉਹਨਾਂ ਦੇ ਪੂਰੇ ਤਸੱਲੀ ਬਖਸ਼, ਉਹਨਾਂ ਨੂੰ ਜਵਾਬ ਦਿੱਤੇ ਔਰ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਕਿ ਇਹ ਜਿਹੜੀ ਐਫ ਆਈ ਆਰ ਹੋਈ ਹੈ ਇਹ ਸਾਰੀ ਤੁਸੀਂ ਜਾਣਦੇ ਹੋ ਕਿ ਸਿਧਾਰਥ ਚੱਟੋਪਾਧਿਆ ਨੇ ਇਹਦੇ ਆਰਡਰ ਕੀਤੇ ਸੀ। ਉਹ 20 ਦਿਨਾਂ ਦੇ ਇਕੱਲੇ ਡੀ ਜੀ ਪੀ ਰਹੇ ਔਰ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਬਿਆਨ ਜਿਹਦੇ 'ਚ ਉਹਨਾਂ ਨੇ ਆਪ ਕਿਹਾ ਕਿ ਹਾਂ ਚੱਟੋਪਾਧਿਆ ਨੂੰ ਮੈਂ ਲਵਾਇਆ, ਏ ਜੀ ਨੂੰ ਮੈਂ ਬਦਲਾਇਆ। ਮੈਂ ਇਹ ਵੀ ਐਸ ਆਈ ਟੀ ਨੂੰ ਰਿਕੁਐਸਟ ਕੀਤੀ ਕਿ ਜਿੱਥੇ ਪੀ ਪੀ ਸੀ ਸੀ ਕਾਂਗਰਸ ਦੇ ਪ੍ਰਧਾਨ ਦੇ ਬਿਆਨ ਜਾਂ ਸੁੱਖੀ ਰੰਧਾਵੇ ਦੇ ਬਿਆਨ ਹੋਮ ਮਿਨਿਸਟਰ ਦੇ ਮੇਰੇ ਖਿਲਾਫ਼ ਕੀ ਉਹ ਮੇਰੇ ਪ੍ਰਤੀ ਨਫ਼ਰਤ ਰੱਖਦੇ ਆ ਜਾਂ ਚੰਨੀ ਸਾਹਿਬ ਦੇ, ਇਹ ਜ਼ਰੂਰ ਸਾਰੀ ਗੱਲ ਨੂੰ ਵੀ ਐਸ ਆਈ ਟੀ ਵਿਚਾਰੇ ਕਿ ਐਫ ਆਈ ਆਰ ਜਿਹੜੀ ਦਰਜ ਹੋਈ ਹੈ ਉਹਦੇ ਸਾਰੇ ਕੇਸਾਂ ਦੇ ਟ੍ਰਾਇਲ ਕੋਰਟ ਨੇ ਕਰਤੇ ਆ। 19 'ਚ ਫੈਸਲੇ ਆ ਗਏ, ਜਿਹੜੇ ਬਰੀ ਹੋਣੇ ਸੀ ਉਹਨਾਂ ਨੂੰ ਬਰੀ ਕਰਤਾ, ਜਿਹਨਾਂ ਨੂੰ ਸਜ਼ਾ ਹੋਣੀ ਸੀ ਸਜ਼ਾ ਹੋ ਗਈ। ਸੋ ਲੋਅਰ ਕੋਰਟ ਦੇ ਫੈਸਲਿਆਂ ਤੋਂ ਬਾਅਦ ਇਹ ਪਰਚਾ ਦਰਜ ਹੋਣਾ, ਕੀ ਇਹ ਸਿਆਸੀਕਰਨ ਤਾਂ ਨਹੀਂ? ਦੂਜੀ ਗੱਲ, ਮੈਂ ਨਾਲ ਹੀ ਉਹਨਾਂ ਨੂੰ ਕਿਹਾ ਕਿ ਓਨਰੇਬਲ ਹਾਈ ਕੋਰਟ ਡਬਲ ਬੈਂਚ ਜਸਟਿਸ ਸੂਰਿਆ ਕਾਂਤ ਜੀ ਉਹਨੂੰ ਹੈੱਡ ਕਰਦੇ ਸੀ, ਇਹ ਸਾਰੀ ਐਲੀਗੇਸ਼ਨ, ਕਿਉਂਕਿ ਜਿਹੜੇ ਬਿਆਨ ਨੇ ਬਾਰ ਬਾਰ, ਇਹ 14 ਦੇ ਬਿਆਨ ਨੇ, ਅੱਜ 22 'ਚ ਆਪਾਂ, ਇਹ ਸਾਰੇ ਬਿਆਨਾਂ ਨੂੰ ਲੈ ਕੇ ਲੋਕ ਹਾਈ ਕੋਰਟ ਗਏ। CWP 88/2014 ਦੀ 10 ਚਲਾਨ ਪੇਸ਼ ਹੋਏ, ਓਨਰੇਬਲ ਹਾਈ ਕੋਰਟ ਨੇ ਇੱਕ ਇੰਡੀਪੈਂਡੈਂਟ ਐਸ ਆਈ ਟੀ ਬਣਾਈ। ਅੱਜ ਜਿਹੜੇ ਐਸ ਆਈ ਟੀ ਦੇ ਅਫਸਰ ਮੈਨੂੰ ਪੁੱਛ ਰਹੇ ਸੀ, ਉਹਨਾਂ ਦਾ ਰੈਂਕ ਹੈ DSP, ਉਹ ਐਸ ਆਈ ਟੀ ਜਿਹੜੀ ਹਾਈ ਕੋਰਟ ਓਨਰੇਬਲ ਹਾਈ ਕੋਰਟ ਨੇ ਬਣਾਈ ਸੀ, ਉਹ ਅੱਜ ADGP ਅਫਸਰ ਲੱਗੇ, ਉਸ ਵੇਲੇ IG ਸਨ ਈਸ਼ਵਰ ਸਿੰਘ ਜੀ, ਵੀ ਨੀਰਜਾ ਜੀ, ਨਗੇਸ਼ਵਰ ਰਾਓ ਜੀ। ਉਹਨਾਂ ਨੇ 10 ਚਲਾਨ ਪੇਸ਼ ਕੀਤੇ ਅੰਡਰ ਹਾਈ ਕੋਰਟ ਸੁਪਰਵਿਜ਼ਨ। ਉਹਨਾਂ ਦੇ ਚਲਾਨ ਪੇਸ਼ ਹੋਏ, ਕੀ ਹੋਇਆ ਔਰ ਹਾਈ ਕੋਰਟ ਨੇ ਉਹਨਾਂ ਨੂੰ ਸਕੋਪ ਕੀ ਦਿੱਤਾ ਸੀ ਕਿ ਸਾਰੇ ਮੈਟਰ ਨੂੰ ਇਨਵੈਸਟੀਗੇਟ ਕਰੋ, ਰੀਇਨਵੈਸਟੀਗੇਟ ਕਰੋ, ਫਰਦਰ ਇਨਵੈਸਟੀਗੇਟ ਕਰੋ, ਕਿਉਂਕਿ ਜਿਹੜੇ ਲੋਕ ਹਾਈ ਕੋਰਟ ਗਏ ਸੀ ਉਹ ਇਹ ਲੈ ਕੇ ਗਏ ਸੀ ਕਿ ਸਾਨੂੰ ਇਹਦੇ 'ਚ ਫਲਾਣੇ ਫਲਾਣੇ ਖਦਸ਼ਾ ਨੇ, ਇਹ ਬਿਆਨ ਵੀ ਉੱਥੇ ਰੱਖੇ ਗਏ ਕਿ ਸਾਡੀ ਸੁਣਵਾਈ ਨਹੀਂ ਸੱਚ ਹੋਈ। ਤਾਂ ਹਾਈ ਕੋਰਟ ਨੇ, ਓਨਰੇਬਲ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਗਲਤ ਫਸਾਏ ਗਏ ਆ ਉਹ ਕੱਢ ਦਿਓ, ਜਿਹੜੇ ਨਹੀਂ ਫਸਾਏ ਗਏ, ਜਿਹੜੇ ਫਸਣੇ ਚਾਹੀਦੇ, ਜਿਨ੍ਹਾਂ ਦੇ ਖਿਲਾਫ਼ ਪ੍ਰੂਫ ਹੈ ਉਹ ਵਿੱਚ ਲੈ ਲਓ। ਸੋ ਸਾਰੀ ਗੱਲ ਇਨਵੈਸਟੀਗੇਟ ਹੋਈ, ਉਹਨਾਂ ਚਲਾਨਾਂ 'ਚ ਵੀ ਕਿੱਥੇ ਨਹੀਂ ਆਇਆ, ਟ੍ਰਾਇਲ ਚੱਲਿਆ ਉਹਦੇ 'ਚ ਵੀ ਕਿੱਥੇ ਨਹੀਂ ਆਇਆ ਇਹ ਸਾਰਾ ਕੰਮ ਮੇਰੇ ਖਿਲਾਫ਼ ਕੋਈ ਗੱਲ। ਉਸ ਤੋਂ ਬਾਅਦ ਇੱਕ STF ਬਣਦੀ ਹੈ ਹਰਪ੍ਰੀਤ ਸਿੱਧੂ ਦੀ। ਹੁਣ ਕਾਨੂੰਨ ਦਾ ਪਹਿਲਾ ਸਫ਼ਾ ਕੀ ਕਹਿੰਦਾ ਕਿ ਕੋਈ ਰਿਸ਼ਤੇਦਾਰ ਕਿਸੇ ਰਿਸ਼ਤੇਦਾਰ ਦੀ ਇਨਕੁਆਇਰੀ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਜੇ ਬਣਦੀ ਆ ਉਹਦੇ ਹੱਕ 'ਚ ਕਰ ਦੂ, ਜੇ ਨਹੀਂ ਬਣਦੀ ਤਾਂ ਉਲਟ ਕਰ ਦੂ, ਇਹੀ ਹੋ। ਮਗਰ ਉਹਨਾਂ ਨੇ ਕੀਤੀ ਕਿ ਉਹਨਾਂ ਨੇ ਦੱਸਿਆ ਕਿ ਸਾਡੇ ਪਰਿਵਾਰਾਂ ਦਾ ਰੌਲਾ ਕੀ, ਅੱਜ ਮੈਂ ਦੱਸ ਕੇ ਆਇਆ ਸਾਰੀ ਗੱਲ, ਫਿਰ ਦੱਸ ਦੂੰ ਤੁਹਾਨੂੰ। ਉਸ ਤੋਂ ਬਾਅਦ ਕਿਉਂਕਿ ਇਸ SIT ਨੇ ਹਾਈ ਕੋਰਟ ਅੱਗੇ ਸੱਚ ਰੱਖਣਾ, ਪੰਜਾਬ ਸਰਕਾਰ ਨੇ ਜਿਹੜੀ ਉਹਦੀ ਰਿਪੋਰਟ ਹੈ ADGP ਦੀ ਉਹ ਸੁਪਰਸੀਡ ਹੋਈ। ਉਦੋਂ ਬਾਅਦ ਇੱਕ ਰਿਪੋਰਟ ਆਈ ਜਿਹੜੇ ਸੀਨੀਅਰ ਮੋਸਟ ਅਫਸਰ ਦੀ ਆਈ, DGP ਦੀ ਔਰ ਉਸ ਵੇਲੇ ਦੇ ਹੋਮ ਸੈਕਟਰੀ ਸਾਹਿਬ ਦੀ, ਉਹ ਰਿਪੋਰਟ ਵੀ ਤੁਸੀਂ ਰਿਕਾਰਡ 'ਤੇ ਲਿਆਓ। ਕਿਉਂਕਿ ਜੇ ਸਾਰਾ ਕੁਝ ਰਿਕਾਰਡ 'ਤੇ ਆਊ ਤਾਂ ਫਿਰ ਸੱਚ ਆਪਣੇ ਆਪ ਸਾਹਮਣੇ ਆਜੂ। ਕਿਉਂਕਿ ਜੋ ਇਹ ਕੰਮ ਕਰ ਰਹੇ ਆ, ਮਤਲਬ ਕਿ ਇਹਨਾਂ ਦੇ ਜਿਹੜੇ ਸੀਨੀਅਰ ਅਫਸਰ ਨੇ ਹਾਈ ਕੋਰਟ ਮੋਨੀਟਰਡ ਕੰਮ ਕੀਤਾ ਜਾਂ ਰਿਪੋਰਟਾਂ ਦਿੱਤੀਆਂ, ਕੀ ਉੱਤੇ ਭਰੋਸਾ ਨਹੀਂ? ਔਰ ਤੁਸੀਂ ED ਦੇ ਬਿਆਨਾਂ ਦੀ ਗੱਲ ਕਰਦੇ ਹੋ, ED ਆਪ ਇੱਕ ਇੰਡੀਪੈਂਡੈਂਟ ਅਦਾਰਾ, ਉਹਨਾਂ ਨੇ ਆਪ ਦੀ ਇਨਵੈਸਟੀਗੇਸ਼ਨ ਕੀਤੀ। ਔਰ ਜਿਹੜੇ ਬੰਦੇ ਦੇ IO ਦੀ ਗੱਲ ਕਰਦੇ, ਉਹਦਾ ਚਾਰਜਸ਼ੀਟ ਹੋ ਗਿਆ ਫਰ ਕਰਪਸ਼ਨ, ਉਹ ਤਾਂ ਵੱਡੀ ਗੱਲ ਆ, ਉਹ ਵੀ ਵਿਚਾਰ ਅਧੀਨ ਲਿਆਓ। ਔਰ ਉਸ ਤੋਂ ਬਾਅਦ ED ਨੇ ਆਪ ਦੀ ਸਟੇਟਸ ਰਿਪੋਰਟ AG ਮਸੀਹ ਸਾਹਿਬ ਦੀ ਬੈਂਚ ਅੱਗੇ ਦਿੱਤੀ ਹੈ।
ਤੇ ਜੇ ਤੁਸੀਂ ਐਸਆਈਟੀ ਸਿਆਸੀ ਕਰਨ ਤੋਂ ਉੱਤੇ ਉੱਠ ਕੇ ਸਹੀ ਪੱਖ ਰੱਖਣਾ ਚਾਹੁੰਦੀ ਹੈ ਫਿਰ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਚੀਜ਼ਾਂ ਵਿਚਾਰ ਕੇ ਫਿਰ ਸਾਹਮਣੇ ਕੋਰਟ ਦੇ ਅੱਗੇ ਰੱਖਣ ਤੇ ਸੱਚ ਦੀ ਜਿੱਤ ਹੋਊਗੀ ਸੱਚ ਸਾਹਮਣੇ ਆਊਗਾ ਔਰ ਜਿਹੜਾ ਇਨਡਿਸਪਿਊਟੇਬਲ ਫੈਕਟਸ ਨੇ ਲੋਅਰ ਕੋਰਟ ਦੇ ਫੈਸਲੇ ਹਾਈ ਕੋਰਟ ਦੇ ਫੈਸਲੇ ਇਨਕੁਆਇਰੀਆਂ ਇਹ ਕਿਸੇ ਤੋਂ ਲੁਕੀ ਛੁਪੀਆਂ ਤਾਂ ਹੈ ਨਹੀਂ ਇਸ ਲਈ ਇਹ ਲੰਮੀ ਚੌੜੀਆਂ ਫੁੱਲੀ ਕੋਆਪਰੇਸ਼ਨ ਦਾ ਮੈਂ ਵਿਸ਼ਵਾਸ ਦਵਾਇਆ ਔਰ ਮੈਂ ਇਹਨਾਂ ਨੂੰ ਗੁਦਾਬ ਦਾ ਨੰਬਰ ਵੀ ਦੇ ਦਿੱਤਾ ਕਿਉਂਕਿ ਹਾਈ ਕੋਰਟ ਦੇ ਆਰਡਰ ਸਨ ਕਿ ਜੋ ਜੋ ਆਰਡਰ ਸੀ ਉਹਦੀ ਪੂਰੀ ਪਾਲਣਾ ਕੀਤੀ ਜਾਊ ਠੀਕ ਹੈ ਜੀ ਥੈਂਕ ਯੂ ਯਾਰ ਇਸ ਤਰ੍ਹਾਂ ਹੈ ਇੱਕ ਮਿੰਟ ਆ ਜਾ ਯਾਰ ਇੱਕ ਮਿੰਟ ਸਿਆਸੀ ਤੌਰ ਤੇ ਤੁਸੀਂ ਹੋਰ ਜੋ ਵੀ ਮੈਂ ਕਿਹਾ ਸੱਚ ਸਾਹਮਣੇ ਆਵੇ ਕਿਵੇਂ ਜਿਹੜਾ DGP ਤੁਸੀਂ ਸਮਝੋ ਕੇਪੇਬਲ UPSC ਨੇ ਉਹਨੂੰ ਇਨਕੰਪੀਟੈਂਟ ਸਮਝਿਆ ਉਹਨੂੰ ਇਸ ਲਾਇਕ ਨਹੀਂ ਸਮਝਿਆ ਕਿ ਉਹਦਾ 9-3 ਮੈਂਬਰੀ ਪੈਨਲਾਂ 'ਚ ਆਉਣਾ ਚਾਹੀਦਾ ਉਹਨੂੰ DGP ਉਹਨਾਂ ਦਾ ਸ਼ਾਰਟ ਲਿਸਟਡ ਨੇਮ ਆਇਆ ਨਹੀਂ ਪੈਨਲ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਲ ਖਿਲਵਾੜ ਕਰ ਸਕਦਾ ਜਿਹੜਾ ਬੰਦਾ ਮੈਂ ਤਾਂ ਬੜੀ ਛੋਟੀ ਚੀਜ਼ ਹਾਂ ਮਗਰ ਤੁਸੀਂ ਸੱਚਾਈ ਸਾਹਮਣੇ ਹੁਣ ਕੋਰਟ ਦੇ ਅੱਗੇ ਰੱਖਣੀ ਹੈ ਇਸ ਲਈ ਸਾਰੀ ਜੋ ਕੁਛ ਮਦਦ ਦੀ ਲੋੜ ਹੈ ਜੋ ਮੇਰੇ ਵੱਲੋਂ ਫੁੱਲ ਕਾਰਪੋਰੇਸ਼ਨ ਹੋਊਗੀ ਔਰ ਇਹ ਸਿਆਸੀ ਸਾਜਿਸ਼ ਪਿੱਛੇ ਕੌਣ ਸੀ ਕਿਵੇਂ ਮੀਟਿੰਗ ਚੰਨੀ ਸਾਹਿਬ ਦੇ ਘਰ 'ਚ ਹੁੰਦੀਆਂ ਸੀ ਕਿਵੇਂ ਹੋਮ ਮਿਨਿਸਟਰ ਸੁੱਖੀ ਰੰਧਾਵਾ ਜੀਰਾ MLA ਉੱਥੇ ਹਾਜ਼ਰ ਰਹਿੰਦਾ ਸੀ ਕਿਵੇਂ ਆਦੇਸ਼ ਦਿੱਤੇ ਜਾਂਦੇ ਸੀ ਇੱਕ ਇਨਵੈਸਟੀਗੇਸ਼ਨ ਹੁੰਦੀ ਹੈ ਪੁਲਿਸ ਫਰੀ ਐਂਡ ਫੇਅਰ ਕਰੇ ਇੱਕ ਹੋਵੇ ਕਿ ਤੁਹਾਨੂੰ CM ਦੱਸੇ ਕਿ ਆ ਦੇਣਾ ਹੀ ਦੇਣਾ ਪਰਚਾ ਕਿਉਂਕਿ ਐਲਾਨ ਤਾਂ ਪਹਿਲਾਂ ਹੋ ਰਹੇ ਸੀ ਉਹ ਵੀ ਲਿਆਓ ਸਾਹਮਣੇ ਕਿ ਉਹ ਸਾਰੇ ਰਿਕਾਰਡ ਸੀਲ ਕਰੋ ਇਹਨਾਂ ਦੇ ਮੋਬਾਈਲ ਰਿਕਾਰਡਸ ਔਰ ਸਾਰੇ CCTV ਰਿਕਾਰਡਿੰਗ ਜਿੱਥੇ ਜਿੱਥੇ ਅੱਡ ਅੱਡ ਥਾਵਾਂ 'ਤੇ ਇਹ ਮੀਟਿੰਗਾਂ ਹੋਈਆਂ ਨੇ ਇਹ ਵੀ ਲਿਆਓ ਸਾਹਮਣੇ ਹਾਂਜੀ ਉਹ ਭਰਾ ਤੁਹਾਨੂੰ ਪਹਿਲਾਂ ਪਤਾ ਲੱਗੂ ਮੈਨੂੰ ਮਗਰੋਂ ਪਤਾ ਲੱਗੂ ਹੋਰ ਦੱਸੋ ਸਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਪੰਜਾਬ ਮਾਡਲ ਪੇਸ਼ ਕੀਤਾ ਕਿਹਾ ਕਿ ਇਹੋ ਜਿਹਾ ਮਾਡਲ ਆਊਗਾ ਜਿਹਦੇ ਕਰਕੇ ਜਿਹੜੇ ਕੈਨੇਡਾ ਵਗੈਰਾ ਹੋਰ ਕੰਟਰੀਜ਼ 'ਚ ਜਿਹੜਾ ਯੂਥ ਗਿਆ ਉਹ ਸਾਰਾ ਜਿਹੜਾ ਕਿ ਵਾਪਸ ਪੰਜਾਬ ਆ ਜਾਊਗਾ ਮੇਰਾ ਵੀਰ ਕੇਜਰੀਵਾਲ ਸਾਹਿਬ ਨੂੰ 7 ਸਾਲ ਹੋ ਗਏ ਦਿੱਲੀ ਔਰ ਦਿੱਲੀ ਦੇ 'ਚ ਤਾਂ ਇਹੋ ਜਿਹਾ ਕੋਈ ਮਾਡਲ ਨਹੀਂ ਪੇਸ਼ ਹੋਇਆ ਕਿ ਜਿਹੜਾ ਪੰਜਾਬੀ ਕੈਨੇਡਾ ਜਾਣ ਤੋਂ ਰੁਕਿਆ ਜੇ ਐਡਾ ਵਧੀਆ ਮਾਡਲ ਹੁੰਦਾ ਤਾਂ ਦਿੱਲੀ ਚਲੇ ਜਾਂਦਾ ਮਾਪੇ ਵੀ ਖੁਸ਼ ਰਹਿੰਦੇ ਕਿ ਨਿਆਣਾ ਸਾਡੇ ਨੇੜੇ ਆ ਇੱਕ ਨਿਆਣੇ ਨੂੰ 15-20 ਲੱਖ ਖਰਚਣਾ ਵੀ ਨਾ ਪੈਂਦਾ ਇਸ ਲਈ ਇਹ ਜਿਹੜੇ ਸਾਰੇ ਮਾਡਲ ਨੇ ਨਾ ਇੱਕ ਤਾਂ ਠੋਕੋਤਾਲੀ ਦਾ ਖਟਾਰਾ ਮਾਡਲ ਹੋ ਗਿਆ ਬੱਕਰੀ ਮਾਡਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਇੱਕ ਇਹਦਾ ਮਾਡਲ ਇਹ ਵੀ ਨਟਵਰ ਲਾਲ ਦਾ ਮਾਡਲ ਸਮਝਿਓ ਇਹ ਅਸਲੀ ਮਾਡਲ ਨਹੀਂ ਹੈ ਪੰਜਾਬੀਆਂ ਦਾ ਮਾਡਲ ਮੇਰੀ ਬੇਨਤੀ ਸੁਣ ਲਓ ਪੰਜਾਬੀਆਂ ਦਾ ਮਾਡਲ ਆਪਣੇ ਕਿਸਮ ਦਾ ਔਰ ਪੰਜਾਬੀ ਆਪਦਾ ਮਤਲਬ ਇਹ ਤਾਂ ਮਾਡਲ ਆਪਦਾ ਪੇਸ਼ ਕਰਦੇ ਆ ਇਹ ਕੇਜਰੀਵਾਲ ਕੀ ਸਮਝੂ ਪੰਜਾਬ ਦੀਆਂ ਮਾਡਲਾਂ ਦੀਆਂ ਗੱਲਾਂ ਸਾਹਿਬ ਨੇ ਵੀ ਇੱਕ ਮਾਡਲ ਪੇਸ਼ ਕੀਤਾ ਪਿੱਛੇ ਕੋਈ ਕਿਸੇ ਪੋਲੀਟੀਸ਼ੀਅਨ ਦੀ ਤਸਵੀਰ ਨਹੀਂ ਸੀਗੀ ਸਿਰਫ ਸਿੱਧੂ ਤੇ ਗਾਂਧੀ ਪਰਿਵਾਰ ਕੀ ਹੁਣ ਸਿੱਧੂ ਜਿਹੜਾ ਅੱਛਾ ਮੈਂ ਤੁਹਾਨੂੰ ਗੱਲ ਦੱਸਾਂ ਠੋਕੋਤਾਲੀ ਦਾ ਤਾਂ ਇੱਕੋ ਮਾਡਲ ਹੈ ਇਹ ਮੰਤਰੀ ਰਿਹਾ 2.5 ਸਾਲ ਇਹਦੀ ਇੱਕ ਕਾਰਗੁਜ਼ਾਰੀ ਦਾ ਕੰਮ ਕੱਢ ਲਿਓ ਦੇਖੋ ਬੰਦਾ ਆਪਦੇ ਕੰਮਾਂ ਨਾਲ ਜਾਣਿਆ ਜਾਂਦਾ ਐਜ਼ ਮਿਨਿਸਟਰ 0 ਪਰਫਾਰਮੈਂਸ ਪਾਵਰ ਮਿਨਿਸਟਰੀ ਮਿਲੀ ਤੇ ਛੱਡ ਕੇ ਮਹਿਕਮਾ ਛੱਡ ਕੇ ਭੱਜ ਗਿਆ ਜੇ ਮਾਡਲ ਤੁਹਾਨੂੰ ਕੀ ਲੱਗਦਾ ਰਾਣਾ ਗੁਰਜੀਤ ਨੇ ਦੱਸਤਾ ਕਿ ਇਹ ਸਾਡਾ ਮਾਡਲ ਨਹੀਂ ਹੈ ਠੋਕੋਤਾਲੀ ਦਾ ਮਾਡਲ ਹੈ ਇਹ ਖਟਾਰਾ ਮਾਡਲ ਹੈ ਫੇਲ ਮਾਡਲ ਹੈ ਬੱਕਰੀ ਮਾਡਲ ਹੈ ਮੈਂ ਕਰਨ ਵਾਲਾ ਬਿਲਕੁਲ ਜੀ